بسم الله الرحمن الرحيم. السلام عليكم ورحمة الله وبركاته. جی ناظرین، آج میں تاڑے نا اداکار فلم ہیر رانجا دے رانجے اجاز درانی صاحب دا ایک سمگلنگ کیس سی جی دے وچ ہیروئن لے جاندے ہوئے پھڑے گئے اور پھر انہاں نوں لندن دی عدالت نے سزا بھی دتی ਅਤੇ ਜਦੋਂ ਸਜ਼ਾ ਦਿੱਤੀ ਅਤੇ ਫਿਰ ਅਦਾਕਾਰਾ ਫਰਦੌਸ ਬੇਗਮ ਔਰ ਅਦਾਕਾਰਾ ਗੁਲੂਕਾਰਾ ਮਲਕਾ ਤਰਨਮ ਨੂਰ ਜਹਾਂ ਦੇ ਦਰਮਿਆਨ ਜਿਸ ਵੇਲੇ ਉੱਥੇ ਲੰਦਨ ਮੁਲਾਕਾਤ ਕਰਨ ਜਾਂਦੀਆਂ ਹੁੰਦੀਆਂ ਸੀ, ਦੋਨਾਂ ਦੇ ਦਰਮਿਆਨ ਝਗੜਾ ਹੋ ਜਾਂਦਾ ਸੀ ਅਤੇ ਉਸ ਦੀ ਸਾਰੀ ਤਫਸੀਲਾਤ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ, ਤੁਹਾਡੀਆਂ ਮੁਹੱਬਤਾਂ ਦਾ ਬੜਾ ਸ਼ੁਕਰੀਆ। ਅਦਾਕਾਰ ਇਜਾਜ਼ ਦੁਰਾਨੀ ਸਾਹਿਬ ਫਿਲਮ ਹੀਰ ਰਾਂਝਾ ਦੇ ਰਾਂਝੇ ਸੀ ਅਤੇ ਇਹਨਾਂ ਨੇ 1970 ਦੇ ਵਿੱਚ ਜਿਸ ਵੇਲੇ ਫਿਲਮ ਹੀਰ ਰਾਂਝਾ ਬਣਾਈ ਅਤੇ ਉਸ ਦੇ ਦੌਰਾਨ ਹੀ ਇਹਨਾਂ ਨੇ ਅਦਾਕਾਰਾ ਫਰਦੌਸ ਬੇਗਮ ਨਾਲ ਸ਼ਾਦੀ ਕਰਨੇ ਦਾ ਪ੍ਰੋਗਰਾਮ ਬਣਾ ਲਿਆ ਸੀ, ਸ਼ਾਦੀ ਕਰ ਲਈ ਸੀ। ਇਸ ਫਿਲਮ ਦੇ ਵਿੱਚ ਗਾਣੇ ਜਿਹੜੇ ਮਲਕਾ ਤਰਨਮ ਨੂਰ ਜਹਾਂ ਨੇ ਜਿਹੜੇ ਸੀ ਉਹਨੂੰ ਕਿਹਾ ਗਿਆ ਕਿ ਤੁਸੀਂ ਗਾਵੋ, ਉਹਨਾਂ ਨੇ ਗਾਣੇ ਤੋਂ ਇਨਕਾਰ ਕਰ ਦਿੱਤਾ ਸੀ। ਲੇਕਿਨ ਆਖਿਰਕਾਰ ਉਹ ਇਜਾਜ਼ ਦੁਰਾਨੀ ਸਾਹਿਬ ਦੀ ਮੁਹੱਬਤ ਦੇ ਅੱਗੇ ਹਾਰ ਗਈਆਂ ਔਰ ਫਿਰ ਉਹਨਾਂ ਨੇ ਇਸ ਫਿਲਮ 'ਤੇ ਗਾਣੇ ਗਾਏ। ਇਹ 1970 'ਚ ਫਿਲਮ ਬਣੀ ਸੀ। ਉਸ ਤੋਂ ਬਾਅਦ 1975 ਦੇ ਵਿੱਚ ਇਸ ਫਿਲਮ ਦੇ ਪ੍ਰਿੰਟ ਜਿਹੜੇ ਨੇ ਡੱਬਿਆਂ 'ਚ ਬੰਦ ਕਰਕੇ ਉੱਥੇ ਲੰਦਨ ਲੈ ਕੇ ਜਾ ਰਹੇ ਸੀ ਅਤੇ ਨੁਮਾਇਸ਼ ਵਾਸਤੇ ਅਦਾਕਾਰ ਇਜਾਜ਼ ਦੁਰਾਨੀ ਸਾਹਿਬ। ਜਿਸ ਵੇਲੇ ਇਜਾਜ਼ ਦੁਰਾਨੀ ਸਾਹਿਬ ਉੱਥੇ ਪਹੁੰਚਦੇ ਨੇ ਲੰਦਨ, ਉਹਦੇ ਡੱਬਿਆਂ ਦੇ ਵਿੱਚੋਂ ਹੀਰੋਇਨ ਨਿਕਲੀ ਗਈ ਅਤੇ ਹਾਲਾਂਕਿ ਅਦਾਕਾਰ ਇਜਾਜ਼ ਦੁਰਾਨੀ ਸਾਹਿਬ ਬਹੁਤ ਅੱਛੇ ਪਰਹੇਜ਼ਗਾਰ ਸੀ, ਇਸ ਤਰ੍ਹਾਂ ਦਾ ਉਹਨਾਂ ਨੂੰ ਕਿਹੜੀ ਜ਼ਰੂਰਤ ਸੀ ਕੰਮ ਕਰਨੇ ਦਾ ਵੀ ਉਹ ਨਸ਼ਾ ਵੇਚਦੇ, ਕਿਉਂਕਿ ਉਹ ਬਹੁਤ ਅਮੀਰ ਤਰੀਨ ਆਦਮੀ ਸੀ ਫਿਲਮ ਇੰਡਸਟਰੀ ਤੋਂ, ਉਹਨਾਂ ਨੇ ਬੜਾ ਪੈਸਾ ਕਮਾਇਆ ਸੀ। ਉਸ ਤੋਂ ਇਲਾਵਾ ਉਹਨਾਂ ਦਾ ਇੱਕ ਜ਼ਾਤੀ ਸਿਨੇਮਾ ਵੀ ਸੀ ਅਤੇ ਉਸ ਸਿਨੇਮੇ ਤੋਂ ਵੀ ਚੰਗੀ ਆਮਦਨ ਸੀ ਅਤੇ ਉਹਨੂੰ ਜ਼ਰੂਰਤ ਨਹੀਂ ਸੀ ਹੈਗੀ ਕਿ ਇਹ ਜੋ ਆ ਕੰਮ ਕਰੇ ਹੀਰੋਇਨ ਵਗੈਰਾ ਦਾ। ਲੇਕਿਨ ਉਹਦੇ ਖਿਲਾਫ਼ ਇੱਕ ਸਾਜ਼ਿਸ਼ ਕੀਤੀ ਗਈ ਅਤੇ ਉਹਦੇ ਖਿਲਾਫ਼ ਇੱਕ ਪ੍ਰਾਪੋਗੰਡਾ ਬਣਾਇਆ ਗਿਆ ਜਿਹਦੀ ਵਜ੍ਹਾ ਨਾਲ ਉਹ ਫਿਰ ਏਅਰਪੋਰਟ 'ਤੇ ਫੜੇ ਗਏ ਔਰ ਉਹ ਫਿਰ ਲੰਦਨ ਦੀ ਅਦਾਲਤ ਨੇ ਜੁਰਮ ਸਾਬਤ ਹੋਣ ਦੀ ਵਜ੍ਹਾ ਨਾਲ ਫਿਰ ਉਹਨਾਂ ਨੂੰ ਸਜ਼ਾ ਵੀ ਦਿੱਤੀ ਗਈ। ਲੇਕਿਨ ਸਾਡੇ ਪਾਕਿਸਤਾਨ ਦੇ ਵਿੱਚ ਉਹਦੇ ਉੱਤੇ ਕੋਈ ਤਹਿਕੀਕਾਤ ਨਹੀਂ ਕੀਤੀਆਂ ਵੀ ਉਸ ਬਕਸਿਆਂ ਦੇ ਡੱਬਿਆਂ ਦੇ ਵਿੱਚ ਕਿਹੜੇ ਬੰਦੇ ਨੇ ਹੀਰੋਇਨ ਰੱਖੀ, ਕਿਸ ਤਰ੍ਹਾਂ ਹੋਇਆ। ਤਹਿਕੀਕਾਤ ਹੋਣੀ ਚਾਹੀਦੀ ਸੀ ਲੇਕਿਨ ਪਾਕਿਸਤਾਨ ਦੇ ਵਿੱਚ ਕੋਈ ਤਹਿਕੀਕਾਤ ਨਹੀਂ ਹੋਈ ਕਿਉਂਕਿ ਉੱਥੇ ਡੱਬਿਆਂ ਦੇ ਵਿੱਚੋਂ ਹੀਰੋਇਨ ਨਿਕਲ ਆਈ ਸੀ, ਜੁਰਮ ਸਾਬਤ ਹੋ ਗਿਆ ਸੀ। ਇਸ ਤਰ੍ਹਾਂ ਫਿਰ ਅਦਾਕਾਰ ਇਜਾਜ਼ ਦੁਰਾਨੀ ਸਾਹਿਬ ਨੂੰ 4 ਸਾਲ ਦੀ ਲੰਦਨ ਦੇ ਵਿੱਚ ਸਜ਼ਾ ਹੋ ਗਈ ਔਰ ਫਿਰ 4 ਸਾਲ ਉਹਨਾਂ ਨੇ ਉਸ ਸਜ਼ਾ ਭੁਗਤੀ। ਜਿਸ ਵੇਲੇ ਉਹਨਾਂ ਨੂੰ ਸਜ਼ਾ ਹੋ ਗਈ ਅਤੇ ਮਲਕਾ ਤਰਨਮ ਨੂਰ ਜਹਾਂ ਉਸ ਵੇਲੇ ਉਹਨਾਂ ਨੂੰ ਤਲਾਕ ਹੋ ਚੁੱਕੀ ਸੀ, ਲੇਕਿਨ ਉਹ ਤਲਾਕ ਹੋਣ ਤੋਂ ਬਾਅਦ ਵੀ ਇਜਾਜ਼ ਦੁਰਾਨੀ ਸਾਹਿਬ ਨੂੰ ਆਪਣੇ ਬੱਚਿਆਂ ਦੇ ਨਾਲ ਮਿਲਣੇ ਦੀ ਇਜਾਜ਼ਤ ਸੀ ਕਿਉਂਕਿ ਇਜਾਜ਼ ਦੁਰਾਨੀ ਸਾਹਿਬ ਔਰ ਬੱਚਿਆਂ ਦੇ ਦਰਮਿਆਨ ਅਦਾਕਾਰਾ ਗੁਲੂਕਾਰਾ ਮਲਕਾ ਤਰਨਮ ਨੂਰ ਜਹਾਂ ਵਿੱਚ ਨਹੀਂ ਸੀ ਆਉਣਾ ਚਾਹੁੰਦੀਆਂ। ਉਹ ਕਹਿੰਦੇ ਸੀ ਬਾਪ ਬੇਟੇ ਨੇ ਬੇਟੀਆਂ ਨੇ ਆਪਣੇ ਬੇਟੀਆਂ ਨੂੰ ਮਿਲ ਸਕਦਾ, ਆਪਣੀ ਔਲਾਦ ਨੂੰ ਮਿਲ ਸਕਦਾ। ਅਤੇ ਅਦਾਕਾਰ ਫਰਦੌਸ ਬੇਗਮ ਦਾ ਵੀ ਨਿਕਾਹ ਹੋ ਚੁੱਕਿਆ ਸੀ
ਅਤੇ ਇਹ ਦੋਨੋਂ ਫਿਰ ਜਿਸ ਵੇਲੇ ਉਹਨਾਂ ਨੂੰ ਉਹਨਾਂ ਦੀ ਮੁਲਾਕਾਤ ਕਰਨ ਵਾਸਤੇ ਲੰਡਨ ਜਾਂਦੀਆਂ ਹੁੰਦੀਆਂ ਸੀ, ਫਿਰ ਆਉਣਾ ਜਾਣਾ ਇਹਨਾਂ ਦਾ ਲੰਡਨ ਰਹਿੰਦਾ ਹੁੰਦਾ ਸੀ ਕੇਸ ਦੇ ਸਿਲਸਿਲੇ ਦੇ ਵਿੱਚ। ਮਲਕਤ ਰਨਮ ਨੂਰਜਾਂ ਨੇ ਬੜੀ ਹੈਲਪ ਕੀਤੀ ਉਸ ਕੇਸ ਦੇ ਵਿੱਚ, ਅਤੇ ਅਦਾਕਾਰਾ ਫਿਰਦੌਸ ਬੇਗਮ ਨੇ ਵੀ, ਅਤੇ ਇਹਨਾਂ ਦਾ ਵੀ ਆਉਣਾ ਜਾਣਾ ਰਹਿੰਦਾ ਸੀ। ਲੰਡਨ ਦੀ ਜੇਲ੍ਹ ਦੇ ਵਿੱਚ ਜਿਸ ਵੇਲੇ ਇਹਨਾਂ ਨੂੰ 4 ਸਾਲ ਦੀ ਸਜ਼ਾ ਹੋ ਜਾਂਦੀ ਆ, ਦੋਨੋਂ ਇੱਕ ਦੂਸਰੇ ਤੋਂ ਪਹਿਲਾਂ ਕੋਸ਼ਿਸ਼ ਕਰਦੀਆਂ ਸੀ ਮੇਰੀ ਮੁਲਾਕਾਤ ਹੋ ਜਾਏ, ਅਤੇ ਉਸ ਜੇਲ੍ਹ ਦੇ ਰੂਲ ਦੇ ਮੁਤਾਬਕ ਇੱਕ ਹੀ ਬੰਦਾ ਇੱਕ ਦਿਨ ਮੁਲਾਕਾਤ ਕਰ ਸਕਦਾ। ਉਹਦੇ 'ਚ ਸਾਰਿਆਂ ਨਾਲੋਂ ਕੋਸ਼ਿਸ਼ ਕਰਦੀਆਂ ਸੀ ਕਿ ਮੈਂ ਪਹਿਲਾਂ ਜਾਵਾਂ, ਮੇਰੀ ਮੁਲਾਕਾਤ ਹੋ ਜਾਏ। ਜਿਹੜੀ ਪਹਿਲਾਂ ਜਾਂਦੀ ਸੀ ਉਹਦੀ ਮੁਲਾਕਾਤ ਹੋ ਜਾਂਦੀ ਸੀ। ਇੱਕ ਦਿਨ ਅਦਾਕਾਰਾ ਫਿਰਦੌਸ ਬੇਗਮ 8 ਵਜੇ ਚਲ ਗਈਆਂ ਔਰ ਉਹਨਾਂ ਨੇ ਜਾ ਕੇ ਆਪਣਾ ਉੱਥੇ ਰਜਿਸਟਰ ਦੇ ਵਿੱਚ ਨਾਮ ਦਰਜ ਕਰਾ ਦਿੱਤਾ ਕਿ ਮੈਂ ਮੁਲਾਕਾਤ ਕਰ ਰਹੀ ਹਾਂ। ਅਤੇ ਮਲਕਾ ਤਰੰਨਮ ਨੂਰ ਜਹਾਂ ਜਿਸ ਵੇਲੇ 9 ਵਜੇ ਆਈਆਂ ਅਤੇ ਉਹਨਾਂ ਦਾ ਨਾਮ ਲਿਖਿਆ ਗਿਆ ਸੀ ਉੱਥੇ, ਫਿਰ ਦੋਨੋਂ ਝਗੜ ਪਈਆਂ ਆਪਸ ਵਿੱਚ ਹੀ, ਅਤੇ ਦੋਨੋਂ ਜ਼ਰਾ ਕੰਨੇ ਵੀ ਕਤਰਾਉਂਦੀਆਂ ਸੀ ਇੱਕ ਦੂਜੇ ਦੇ ਮੱਥੇ ਲੱਗਣ ਤੋਂ, ਕਿਉਂਕਿ ਅਦਾਕਾਰ ਇਜਾਜ਼ ਦੁਰਾਨੀ ਸਾਹਿਬ ਨੇ ਫਿਰਦੌਸ ਬੇਗਮ ਨੂੰ ਸ਼ਾਦੀ ਕਰ ਲਈ ਸੀ, ਮਲਕਾ ਤਰੰਨਮ ਨੂਰ ਜਹਾਂ ਸਾਹਿਬ ਉਹਨਾਂ ਨੂੰ ਜ਼ਿਆਦਾ ਮਿਲਣਾ ਨਹੀਂ ਸੀ ਚਾਹੁੰਦੀਆਂ। ਇਸ ਤਰ੍ਹਾਂ ਇਹ ਫਿਰ ਵਾਕਿਆ ਉੱਥੇ ਚੱਲਦਾ ਰਿਹਾ, ਅਤੇ ਜਿਸ ਵੇਲੇ ਫਿਰ ਇਹਨਾਂ ਨੂੰ 4 ਸਾਲ ਸਜ਼ਾ ਹੋ ਗਈ, ਅਤੇ ਇਹ ਅਦਾਕਾਰਾ ਫਿਰਦੌਸ ਬੇਗਮ ਜਿਹੜੀ ਆ ਡਿਪਰੈਸ਼ਨ ਦੇ ਵਿੱਚ ਚਲੇ ਗਈ, ਅਤੇ ਉਹਨੇ ਆਪਣੇ ਮੈਨੇਜਰ ਤਾਜ ਦੇ ਜ਼ਰੀਏ ਅਦਾਕਾਰਾ ਫਿਰਦੌਸ ਬੇਗਮ ਨੂੰ ਬੜਾ ਸਮਝਾਇਆ। ਉਹ ਫਿਰ ਉਹਨਾਂ ਨੇ ਨਸ਼ਾ ਕਰਨਾ ਸ਼ੁਰੂ ਕਰਤਾ ਅਦਾਕਾਰਾ ਫਿਰਦੌਸ ਬੇਗਮ ਨੇ। ਇਜਾਜ਼ ਦੁਰਾਨੀ ਸਾਹਿਬ ਨੇ ਆਪਣੇ ਮੈਨੇਜਰ ਤਾਜ ਦੇ ਜ਼ਰੀਏ ਉਹਨਾਂ ਨੂੰ ਮੈਸੇਜ ਪਹੁੰਚਾਇਆ ਕਿ ਇਹ ਨਸ਼ਾ ਵਗੈਰਾ ਤੂੰ ਛੋੜ ਦੇ, ਇਸ ਤਰ੍ਹਾਂ ਦੇ ਕੰਮ ਨਾ ਕਰ, ਇਹ ਨਹੀਂ ਠੀਕ ਹੈਗੇ। ਅਤੇ ਲੇਕਿਨ ਅਦਾਕਾਰਾ ਫਿਰਦੌਸ ਨੇ ਆਪਣਾ ਨਸ਼ਾ ਜਿਹੜਾ ਉਹ ਨਹੀਂ ਛੋੜਿਆ ਅਤੇ ਨਸ਼ਾ ਕਰਦੀਆਂ ਰਹੀਆਂ। ਅਤੇ ਮਲਕਾ ਤਰੰਨਮ ਨੂਰ ਜਹਾਂ ਆਪਣੀ ਮੁਹੱਬਤ ਦੀ ਖਾਤਰ, ਦੇਖੋ ਤਲਾਕ ਹੋਣ ਦੇ ਬਾਵਜੂਦ ਵੀ ਉੱਥੇ ਜਾਂਦੀਆਂ ਰਹੀਆਂ, ਉਹਨਾਂ ਦੇ ਪਿੱਛੇ ਫੇਰੇ ਮਾਰਦੀਆਂ ਰਹੀਆਂ, ਉਹਨਾਂ ਨਾਲ ਮੁਲਾਕਾਤਾਂ ਕਰਦੀਆਂ ਰਹੀਆਂ, ਉਹਨਾਂ ਨੂੰ ਤਸੱਲੀ ਦਿੰਦੀਆਂ ਰਹੀਆਂ। ਦੱਸਦੇ ਨੇ ਕਿ ਜਦੋਂ ਜਿਸ ਵੇਲੇ ਕੇਸ ਖਤਮ ਹੋ ਗਿਆ, ਅਦਾਕਾਰ ਇਜਾਜ਼ ਦੁਰਾਨੀ ਸਾਹਿਬ ਵਾਪਸ ਜਿਸ ਵੇਲੇ ਆਉਂਦੇ ਨੇ, ਆ ਕੇ ਤਾਂ ਇਹਨਾਂ ਨੇ ਅਦਾਕਾਰਾ ਫਿਰਦੌਸ ਬੇਗਮ ਨੂੰ ਤਲਾਕ ਦੇ ਦਿੱਤੀ। ਦੱਸਦੇ ਨੇ ਕਿ ਫਿਰਦੌਸ ਬੇਗਮ ਨੇ ਆਪਣੇ ਉਹ ਜਿਹੜਾ ਮੈਨੇਜਰ ਸੀ ਉਹਨਾਂ ਦਾ ਤਾਜ ਨਾ ਉਹਦੇ ਨਾਲ ਸ਼ਾਦੀ ਵੀ ਫਿਰ ਕਰ ਲਈ ਸੀ। ਅਤੇ ਜਿਸ ਵੇਲੇ ਇਜਾਜ਼ ਦੁਰਾਨੀ ਸਾਹਿਬ ਉੱਥੋਂ ਬਾਹਰ 4 ਸਾਲ ਦੀ ਸਜ਼ਾ ਕੱਟ ਕੇ ਵਾਪਸ ਆ ਜਾਂਦੇ ਨੇ, ਆ ਕੇ ਉਹਨਾਂ ਨੇ ਸ਼ਰੀਫ ਨਈਅਰ ਦੀ ਬੇਟੀ ਦੇ ਨਾਲ ਫਿਰ ਸ਼ਾਦੀ ਕਰਾ ਲਈ ਸੀ, ਫਿਰਦੌਸ ਬੇਗਮ ਨੂੰ ਤਲਾਕ ਦੇ ਦਿੱਤੀ ਸੀ। ਇਸ ਤਰ੍ਹਾਂ ਇਹ ਵਾਕਿਆ ਸੀ ਜਿਹੜਾ ਤੁਹਾਡੇ ਨਾਲ ਮੈਂ ਬਿਆਨ ਕੀਤਾ, ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਲਾਲੀਵੁੱਡ ਅਤੇ ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਅਦਾਕਾਰ ਨਸ਼ੇ ਦੇ ਆਦੀ ਸੀ, ਅਤੇ ਲੇਕਿਨ ਇਜਾਜ਼ ਦੁਰਾਨੀ ਸਾਹਿਬ ਇਸ ਕਿਸਮ ਦਾ ਕੋਈ ਨਸ਼ਾ ਨਹੀਂ ਸੀ ਕਰਦੇ ਹੁੰਦੇ। ਬਾਕੀ ਉਸ ਦੌਰ ਦੇ ਵਿੱਚ ਸ਼ਰਾਬ ਤਾਂ ਆਮ ਚੱਲਦੀ ਹੁੰਦੀ ਸੀ, 1970 ਤੋਂ ਬਾਅਦ ਸ਼ਰਾਬ ਦੇ ਉੱਤੇ ਆ ਕੇ ਪਾਬੰਦੀ ਲੱਗੀ ਆ, ਉਸ ਤੋਂ ਬਾਅਦ ਫਿਰ ਸ਼ਰਾਬ 'ਤੇ ਜਰਾ ਮਮਨੂ ਸੀ। 1970 ਤੋਂ ਪਹਿਲਾਂ ਤਾਂ ਸ਼ਰਾਬ ਸਾਰੇ ਆਮ ਜਿੱਥੋਂ ਮਰਜ਼ੀ ਲੈ ਲਓ ਬਹੁਤ ਪੀ ਜਾਂਦੇ ਸੀ, ਅਦਾਕਾਰ ਵੀ ਬਹੁਤ ਜ਼ਿਆਦਾ ਪੀਂਦੇ ਹੁੰਦੇ ਸੀ। ਅਤੇ ਬਾਕੀ ਇਹ ਸਟੋਰੀ ਸੀ ਜਿਹੜੀ ਤੁਹਾਡੇ ਨਾਲ ਮੈਂ ਬਿਆਨ ਕੀਤੀ, ਉਮੀਦ ਹੈ ਤੁਹਾਨੂੰ ਪਸੰਦ ਹੋਏਗੀ। ਅਗਰ ਚੈਨਲ 'ਤੇ ਨਵੇਂ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਦਾ ਬਟਨ ਜ਼ਰੂਰ ਦੱਬ ਦੇਣਾ, ਔਰ ਅੱਛਾ ਜਿਹਾ ਕਮੈਂਟਸ ਵੀ ਕਰ ਦੇਣਾ ਤਾਂ ਕਿ ਸਾਡੀ ਹੌਸਲਾ ਅਫਜ਼ਾਈ ਹੋ ਸਕੇ। ਇਨਸ਼ਾਅੱਲਾ ਕੱਲ੍ਹ ਅਗਲੀ ਵਲੌਗ ਦੇ ਵਿੱਚ ਇਨਸ਼ਾਅੱਲਾ ਜ਼ਰੂਰ ਦੁਬਾਰਾ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤ।